ਅਸਲਾਮੁਅਲੈਕੁਮ ਦੋਸਤੋ, ਮੈਂ ਹਾਂ ਤੁਹਾਡਾ ਮੇਜ਼ਬਾਨ ਮਹਿਦੀ ਹਸਨ ਆਮਿਰ, ਔਰ ਤੁਸੀਂ ਇਸ ਵੇਲੇ ਆਪਣਾ ਯੂਟਿਊਬ ਚੈਨਲ ਸੋਹਣੀ ਧਰਤੀ ਦੇਦੇ ਪਏ ਹੋ। ਅੱਲਾਹ ਤਾਲਾ ਤੁਹਾਨੂੰ ਸਿਹਤ, ਸਲਾਮਤੀ, ਤੰਦਰੁਸਤੀ ਅਤਾ ਫਰਮਾਵੇ। ਮੈਂ ਇਸ ਵੇਲੇ ਜੰਡਾਵਾਲਾ ਜ਼ਿਲ੍ਹਾ ਬੱਖਰ ਦੇ ਵਿੱਚ ਮੌਜੂਦ ਹਾਂ, ਔਰ ਇੱਥੇ ਬੜਾ ਖੂਬਸੂਰਤ ਮੰਜ਼ਰ ਹੈ। ਬਾਜ਼ਾਰ ਦੇ ਉੱਤੇ ਤੁਸੀਂ ਵੇਖੋ, ਦੁਕਾਨਾਂ ਸਜੀਆਂ ਹੋਈਆਂ ਨੇ, ਔਰ ਇੱਕ ਬੜਾ ਪਿਆਰਾ ਮੰਜ਼ਰ ਪੇਸ਼ ਪੈਣ ਕਹਿੰਦਾ। ਖਰੀਦਾਰ ਵੀ ਹਨ, ਔਰ ਖਰੀਦਾਰਾਂ ਦਾ ਆਪਣਾ ਇੱਕ ਅੰਦਾਜ਼ ਹੈ, ਦੁਕਾਨਦਾਰਾਂ ਦਾ ਆਪਣਾ ਅੰਦਾਜ਼ ਹੈ। ਅੱਲਾਹ ਤਾਲਾ ਇਹਨਾਂ ਦੇ ਕਾਰੋਬਾਰ ਦੇ ਵਿੱਚ ਬਰਕਤ ਅਤਾ ਫਰਮਾਵੇ। ਮਹਿੰਗਾਈ ਦੇ ਹਵਾਲੇ ਨਾਲ ਗੱਲਬਾਤ ਕਰੀਂਦੇ ਹੈ, ਔਰ ਸਾਡੇ ਜਿਹੜੇ ਦੋਸਤ ਹਨ ਸਾਨੂੰ ਦੱਸਿਆ ਸਨ ਕਿ ਕਿਤਨੀ ਮਹਿੰਗਾਈ ਹੋਈ ਹੈ। ਖਾਸ ਤੌਰ 'ਤੇ ਸਬਜ਼ੀ ਵਾਲੇ ਜਿਹੜੇ ਨੇ, ਇਹ ਬੜੇ ਪਰੇਸ਼ਾਨ ਹਨ ਆਪ ਵੀ, ਕਿ ਮਹਿੰਗਾਈ ਵੱਧਦੀ ਪੈਂਦੀ ਹੈ। ਅਤੇ ਇਹਨਾਂ ਨਾਲ ਅਸਾਂ ਥੋੜ੍ਹੀ ਜਿਹੀ ਗੱਲਬਾਤ ਕਰ ਸਕਾਂ ਮਹਿੰਗਾਈ ਦੇ ਹਵਾਲੇ ਨਾਲ। ਤੁਸੀਂ ਦੇਖ ਸੋ, ਇੱਥੇ ਮੈਨੂੰ ਇੱਕ ਨੌਜਵਾਨ ਨਜ਼ਰ ਆਏ ਨੇ, ਮਾਸ਼ਾਅੱਲਾ ਬੜੇ ਜ਼ਬਰਦਸਤ ਅੰਦਾਜ਼ ਦੇ ਨਾਲ ਆਪਣਾ ਇਹਨਾਂ ਠੀਆ ਲਾਇਆ ਹੋਇਆ, ਜ਼ਬਰਦਸਤ ਦੁਕਾਨ ਬਣਾਈ ਹੋਈ ਹੈ, ਔਰ ਇਹਨਾਂ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ ਹੈ। ਮੈਂ ਇਹਨਾਂ ਕੋਲ ਕੋਈ ਸ਼ੈ ਮੰਗੀ, ਇਹਨਾਂ ਆਖਿਆ ਉਸਤਾਦ ਜੀ ਲੈ ਵਜੋ, ਅਤੇ ਪੈਸੇ ਵੀ ਕੋਈ ਨਹੀਂ। ਬਹੁਤ ਮਿਹਰਬਾਨੀ ਜੀ, ਕਿਉਂਕਿ ਇਸ ਦੌਰ ਦੇ ਵਿੱਚ ਜਿਹੜਾ ਇਹ ਮਹਿੰਗਾਈ ਦੇ ਵਿੱਚ ਚੀਜ਼ਾਂ ਬੜੀਆਂ ਮੁਸ਼ਕਿਲ ਨਾਲ ਮਿਲਦੀਆਂ ਨੇ, ਅਤੇ ਮੈਂ ਤਾਂ ਪੈਸੇ ਨਾਲ ਗਿਣੀ ਆਈ। ਇਹਨਾਂ ਦੀ ਮੁਹੱਬਤ ਹੈ, ਮੈਨੂੰ ਮੁਹੱਬਤ ਬੜੀ ਚੰਗੀ ਲੱਗੀ ਹੈ। ਚਲੋ ਆਓ ਇਹਨਾਂ ਦੇ ਨਾਲ ਗੱਲਬਾਤ ਕਹੀਦਾ, ਲੇਕਿਨ ਪਹਿਲੇ ਇਹਨਾਂ ਦੀ ਦੁਕਾਨਦਾਰੀ ਵੇਖ ਦੇਣਾ ਹੈ। ਇਹ ਨਾਜ਼ਰੀਨ ਵੇਖੋ, ਬਹੁਤ ਜ਼ਬਰਦਸਤ ਸਬਜ਼ੀ ਦੀ ਦੁਕਾਨ ਹੈ, ਫਰੂਟਾਂ ਦੀ, ਔਰ ਇਹ ਨੌਜਵਾਨ ਜਿਹੜਾ ਇਹ ਵੇਖੋ ਗਾਹਕਾਂ ਨੂੰ ਕਿਤਨੇ ਚੰਗੇ ਤਰੀਕੇ ਨਾਲ ਡੀਲ ਪਏ ਨੇ ਕਰੀਂਦੇ। ਕੋਈ ਚਿਹਰੇ ਦੇ ਉੱਤੇ ਕੁਰਖਤੀ ਨਹੀਂ ਦੁਕਾਨਦਾਰਾਂ ਵਾਲੀ, ਕੋਈ ਜ਼ਬਰਦਸਤੀ ਨਹੀਂ, ਬੜੇ ਪਿਆਰ ਦੇ ਨਾਲ, ਔਰ ਥੋੜ੍ਹੇ ਪੈਸਿਆਂ ਦੇ ਜ਼ਿਆਦਾ ਚੀਜ਼ਾਂ ਦੇਵਣ ਵਾਲੇ ਇਸ ਨੌਜਵਾਨ ਦੇ ਨਾਲ ਤੁਹਾਡੀ ਅਸੀਂ ਗੱਲਬਾਤ ਕਰ ਸਕਾਂ। ਵੇਖੋ ਸ਼ਾਪਰ ਭਰ ਭਰ ਕੇ ਦਿੰਦੇ ਪਏ ਨੇ, ਅੱਲਾਹ ਤਾਲਾ ਇਹਨਾਂ ਦੇ ਕੰਮ ਦੇ ਵਿੱਚ ਬਰਕਤ ਅਤਾ ਫਰਮਾਵੇ। ਔਰ ਇਹ ਨਜ਼ਾਰਾ ਇਹ ਜੰਡਾਵਾਲਾ ਦੇ ਇਸ ਬਾਜ਼ਾਰ ਦਾ, ਅਗਰਚੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਕਿਉਂ ਹੋਈ ਹੈ, ਇਹ ਘੱਟ ਹੋ ਸੀ ਜਾਂ ਨਾ ਹੋ ਸੀ, ਇਹਦੇ ਬਾਰੇ ਕੁਝ ਜਿਹੜੀ ਇਹ ਗੱਲਬਾਤ ਕਰੀਂਦੇ ਹੈ, ਅਤੇ ਤੁਸੀਂ ਸਾਡਾ ਚੈਨਲ ਦੇ ਦੇ ਰਸੋ। ਅੱਜ ਕੀ ਨਾਂ ਹੈ ਜੀ ਆਪਦਾ? ਰਾਣਾ ਸਮਾਈ। ਰਾਣਾ ਸਾਹਿਬ ਜੀ, ਅੱਛਾ, ਬੜੀ ਬੜੀ ਖੁਸ਼ੀ ਹੋਈ ਜੀ, ਤੁਹਾਕ ਮੈਨੂੰ ਬੜਾ ਪਸੰਦ ਆਇਆ। ਅੱਛਾ ਇਹ ਦੱਸੋ ਭਾਈ, ਮਹਿੰਗਾਈ ਜਿਹੜੀ ਹੈ, ਇਹਦਾ ਤੁਹਾਨੂੰ ਕਿਤਨੀ ਮੁਸ਼ਕਿਲ ਪੇਸ਼ ਆਉਂਦੀ ਪਈ ਹੈ ਦੁਕਾਨਦਾਰਾਂ ਨੂੰ? ਦੁਕਾਨਦਾਰੀ 'ਤੇ ਅਸਰ ਇਹ ਹੁੰਦਾ ਜਾਂ ਨਹੀਂ ਹੁੰਦਾ? ਹੁੰਦਾ, ਲੇਕਿਨ ਪਹਿਲੇ ਬੜਾ ਪਿਆ, ਹੁਣ ਨਹੀਂ ਪਿਆ। ਵਜ੍ਹਾ? ਕੋਈ ਵਜ੍ਹਾ ਨਹੀਂ, ਹੁਣ ਮਾਸ਼ਾਅੱਲਾ ਹੁਣ ਪਿਆਜ਼ 2-3 ਦਿਹਾੜੇ ਪਹਿਲੇ 300 ਰੁਪਏ ਕਿਲੋ ਤੇ ਗਏ। ਹਾਂ, 300 ਤੇ ਆਈ, ਅੱਜ ਯਾਨੀ ਕਿ 50-60 ਰੁਪਏ ਕਿਲੋ ਤੇ ਆ ਗਏ। ਅੱਛਾ, 50-60 ਰੁਪਏ ਕਿਲੋ ਅੱਜ ਪਿਆਜ਼ 50-60 ਰੁਪਏ ਕਿਲੋ ਤੇ ਆ ਗਏ। ਮੈਂ ਤੁਹਾਡੇ ਕੋਲ ਗਿਣ ਕੇ ਵੈਸਾ ਜੀ ਤਾਬੇਦਾਰ। ਅੱਜ ਇਤਨੇ ਜਲਦੀ ਕਿਉਂ ਘਟ ਗਿਆ? ਸਟਾਕ ਆਨ ਪਿੱਛੇ ਜੀ, ਕੋਈ ਮਸਲਾ ਨਹੀਂ, ਯਾਨੀ ਕਿ ਪਿੱਛੇ ਪਿਆਜ਼ ਬਹੁਤ ਡੇ ਗਏ ਇੱਥੇ ਸਟਾਕੀਆਂ ਕੋਲ, ਆਈ ਉਹਨਾਂ ਰੇਟ ਤੇਜ਼ ਕੀਤਾ ਹੋਇਆ, ਅੱਜ ਆਏ ਪਿਆਜ਼, ਅੱਜ ਬਿਲਕੁਲ ਸਸਤਾ ਹੋ ਗਿਆ। ਅੱਛਾ ਇਹ ਦੱਸੋ ਭਾਈ, ਰੇਟ ਵਾਕਈ ਘਟ ਗਏ ਨੇ, ਇਹ ਬੜੀ ਅੱਛੀ ਗੱਲ ਹੈ ਜੀ। ਤੁਸੀਂ ਕਿਹਾ ਦੋ ਵੀ ਆਉਣ ਵਾਲੇ ਵਕਤ ਮਹਿੰਗਾਈ ਘੱਟ ਸੀ? ਬਿਲਕੁਲ, ਇਨਸ਼ਾਅੱਲਾ ਘੱਟ ਸੀ, ਕਿਉਂ ਨਹੀਂ, ਅੱਛਾ ਕੰਟਰੋਲ ਹੋ ਸੀ? ਹਾਂ, ਕੰਟਰੋਲ ਹੈ। ਅੱਛਾ ਅਤੇ ਇਹ ਦੱਸੋ, ਤੁਸੀਂ ਇਸ ਕਾਰੋਬਾਰ ਤੋਂ ਮੁਤਮੈਨ ਹੋ? ਬਿਲਕੁਲ ਖੁਸ਼ ਹਾਂ, ਇਹਦੀ ਆਮਦਨ ਠੀਕ ਹੋ ਪੈਂਦੀ ਮਾਸ਼ਾਅੱਲਾ, ਅਲਹਮਦੁਲਿਲਾ। ਇਹ ਕਿੰਨੇ ਅਰਸੇ ਤੋਂ ਕਹੀਂਦੇ ਪਏ ਹੋ? ਇਹ ਮੈਂ 10 ਸਾਲਾਂ ਤੋਂ ਕਰਦਾ। ਅੱਛਾ, 10 ਸਾਲਾਂ ਤੋਂ। ਉਸ ਤੋਂ ਪਹਿਲੇ ਤੁਹਾਡੇ ਵਾਲਦ ਸਾਹਿਬ ਆਏ ਜਾਂ ਤੁਸੀਂ ਆਪ ਹੀ ਸ਼ੁਰੂ ਕੀਤਾ ਉਸ ਤੋਂ ਪਹਿਲੇ? ਨਹੀਂ, ਮੇਰੇ ਵਾਲਦ ਸਾਹਿਬ ਦਾ ਹੀ ਇਹ ਬਾਤ ਮੈਂ ਖੁਦ ਸ਼ੁਰੂ ਕੀਤਾ। ਅੱਛਾ, ਤੁਸੀਂ ਪੜ੍ਹਾਈ ਤੋਂ ਛੋੜ ਕੇ ਇਸੇ ਕੰਮ ਵਿੱਚ ਆ ਗਏ? ਜੀ ਬਿਲਕੁਲ। 10 ਸਾਲਾਂ ਦੇ ਵਿੱਚ ਤੁਹਾਡੀ ਆਪਣੀਆਂ ਜ਼ਾਤੀ ਗੱਲਾਂ ਪਾਇਆ ਕਹਿੰਦੇ, ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ, ਲੇਕਿਨ ਜੋ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ ਉਹ ਸਿੱਖ ਸਨ ਸਹੀ ਬਈ ਇਸ ਕੰਮ ਦੇ ਵਿੱਚ ਫਾਇਦਾ ਇਹ ਕੰਮ ਜਿਹੜਾ ਵੀ ਤਜਰਬੇ ਦਾ ਹੁਣ ਪੂਰੀ ਦੁਨੀਆ ਵੇਦੀ ਪਈ ਹੁੰਦੀ ਹੈ। ਅੱਛਾ ਇਹ ਦੱਸੋ, ਤੁਸੀਂ ਕੀ ਕੁਝ ਬਣਾਇਆ 10 ਸਾਲਾਂ ਦੇ ਵਿੱਚ ਆਪਣੀ ਮਿਹਨਤ ਕਰਕੇ? ਠੇਕ ਬਣਾਇਆ ਆਪਣਾ ਘਰ ਬਾਰ ਦੇ ਕੇ ਸਾਰਾ। ਅੱਛਾ, ਯਾਨੀ ਮੁਤਮੈਨ ਹੋ ਤੁਸੀਂ? ਜੀ ਬਿਲਕੁਲ। ਬੜੀ ਮਿਹਰਬਾਨੀ ਰਾਣਾ ਸਾਹਿਬ, ਬਹੁਤ ਸ਼ੁਕਰੀਆ। ਅਤੇ ਤੁਸੀਂ ਇੱਕ ਮਿੰਟ ਆਓ ਜੀ। ਅੱਛਾ ਇਹ ਜ਼ਿਆਦਾ ਆਓ ਜੀ, ਇੱਕ ਮਿੰਟ ਦਾ ਸੰਦੇਸ਼ ਹੋ ਜੀ। ਅਸਲਾਮ ਅਲੈਕੁਮ। ਅੱਛਾ ਕੀ ਨਾਂ ਹੈ ਜੀ ਆਪਦਾ? ਮੁਹੰਮਦ ਇਕਰਾਮ। ਇੱਥੋਂ ਜੰਡਾਲ ਦੇ ਹੋ ਜੀ? ਜੀ, ਜੰਡਾਲ। ਅੱਛਾ, ਮਹਿੰਗਾਈ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸਿਆ ਸੋ, ਮਹਿੰਗਾਈ ਡਿੱਗ ਗਈ ਜਾਂ ਥੋੜ੍ਹੀ? ਮਹਿੰਗਾਈ ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ ਜੀ, ਤਾਂ ਕੀ ਹੱਲ ਕੀ ਕਿਤੇ ਮਨੀ ਕਿੰਨੇ ਘੱਟ ਸਕਦੀ ਹੈ? ਇਹਦਾ ਕੋਈ ਉੱਤੋਂ ਹੱਲ ਸੀ, ਤਾਂ ਸਾਰੇ ਕੋਲ ਇਹਦਾ ਹੱਲ ਹੈ ਕੋਣ? ਅੱਛਾ, ਹਕੂਮਤ ਕਰੇ ਤਾਂ ਕਰੇ ਜੀ, ਹਕੂਮਤ ਹੀ ਕਰ ਸਕਦੀ ਹੈ, ਆਵਾਮ ਦਾ ਕੰਮ ਬਾਹਰ ਜੀ, ਆਵਾਮ ਦਾ ਕੰਮ। ਹੁਣ ਇੱਕ ਤਰਫ ਨਾਲ ਇਹ ਥੋੜ੍ਹਾ ਜਿਹਾ ਸਵਾਲ ਦਾ ਜਵਾਬ ਦੇ ਸੋ ਭਾਈ, ਇਹ ਪਹਿਲੀ ਹਕੂਮਤ ਦੀ ਮਿਹਰਬਾਨੀ ਹੈ ਜਾਂ ਹੁਣ ਵਾਲੀ ਹਕੂਮਤ ਦੀ ਹੈ, ਤੁਹਾਡਾ ਕੀ ਅੰਦਾਜ਼ਾ? ਕੋਈ ਸਮਝ ਨਹੀਂ ਆਉਂਦੀ ਪਈ, ਇੱਕ ਬਾਅਦ ਬੋਲਿਆ ਨੇ ਤਾਂ। ਅੱਛਾ, ਕੰਮ ਰਲਾ ਮਿਲਾ ਪਿਆ ਜੀ, ਕੰਮ ਰਲਾ, ਉਹਨਾਂ ਦਾ ਤੇ ਉਹ ਆਦਨ ਉਹਨਾਂ ਦਾ ਕਸੂਰ ਹੈ ਜੀ। ਆ ਬਿਲਕੁਲ, ਦੋਹੀ ਹਕੂਮ ਦਾ ਕੰਮ ਮੰਨ ਕੇ ਰੱਖਿਆ। ਅੱਛਾ, ਵਕਤ ਤੁਸੀਂ ਕੀ ਆਦੇ ਹੋ? ਸ਼ਬਾਜ਼ ਸ਼ਰੀਫ ਬੈਠਾ ਰਿਹਾ, ਠੀਕ ਹੈ, ਯਾਨੀ ਤੁਹਾਡੀ ਆਪਣੀ ਇੱਕ ਜਮਾਤ ਹੋਣੀ, ਤੁਸੀਂ ਉਸ ਨਾਲ ਹੀ ਹੋ ਸਕਦੇ, ਉਸ ਨਾਲ ਹੀ ਹੋ ਸਕਦੇ, ਕਿ ਅਸਾਂ ਤਬਸਰਾ ਪਾਇਆ ਕਹਿੰਦੇ ਜੀ ਜੀ। ਅਤੇ ਤੁਸੀਂ ਕੀ ਆਦੇ ਬਗੈਰ ਇਹ ਹਕੂਮਤ ਇਹ ਜਿਹੜੀ ਹੁਣ ਇਹ ਚੱਲਦੀ ਰਹੀ, ਘੱਟ ਹੋ ਸੀ ਮਹਿੰਗਾਈ? ਉਮੀਦ ਹੈ? ਕੋਈ ਉਮੀਦ ਕੋਲ? ਉਮੀਦ ਕੋਲ ਨਹੀਂ, ਯਾਨੀ ਵਧਣੀ ਹੈ ਮਹਿੰਗਾਈ? ਵਧਣੀ ਹੈ, ਘਟਦੀ ਨਹੀਂ। ਅੱਛਾ, ਅਤੇ ਗਰੀਬ ਆਦਮੀ ਦੂਸਰ ਇਹਦੇ 'ਤੇ ਕਿਤਨਾ ਅਸਰ ਅੰਦਾਜ਼ ਹੁੰਦੀ ਪਈ ਹੈ? ਗਰੀਬ ਆਦਮੀ ਤਾਂ ਬਸ ਮੁੰਝ ਹੋਇਆ ਸੀ, ਮੁੰਝ ਹੋ ਗਿਆ ਜੀ ਜੀ। ਇਹ ਤਾਂ ਹਾਲ ਵੀ ਕੋਈ ਨਹੀਂ ਨਜ਼ਰ ਆਉਂਦਾ? ਨਹੀਂ ਤਾਂ ਕੋਈ ਹਾਲ ਨਹੀਂ। ਤੁਹਾਨੂੰ ਆਪਣਾ ਕੀ ਨਾਂ ਦੱਸਿਆ ਜੀ? ਮੁਹੰਮਦ ਇਕਰਾਮ। ਬੜੀ ਮਿਹਰਬਾਨੀ, ਮੁਹੰਮਦ ਇਰਫਾਨ ਇਕਰਾਮ ਸਾਹਿਬ, ਅੱਲਾਹ ਤਾਲਾ ਤੁਹਾਨੂੰ ਖੁਸ਼ੀ ਅਤਾ ਫਰਮਾਵੇ। ਇਹਨਾਂ ਦਿਨ ਜੰਨਾ ਵਾਲੇ ਦਾ ਖੂਬਸੂਰਤ
मुल्क पाकिस्तान की खैर फरमावे। हाँ, सारे चैनल सोनी धरती सबसक्राइब करे। सो बला मिलसू नवे प्रोग्राम के नाल। उस वेले तक अल्लाह हाफिज़।